ਕਰਤਾਰਪੁਰ ਕੋਰੀਡੋਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਚ ਹੋਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਅਤੇ ਇਹਨਾਂ ਪ੍ਰਬੰਧਾਂ ਨੂੰ ਲੈ ਕੇ SDM ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਇਹਨਾਂ ਬਾਰੇ ਜਾਣੂ ਕਰਵਾਇਆ ਗਿਆ। ਇਹਦੇ 'ਚ ਇਸ ਤਰ੍ਹਾਂ ਜੀ, ਮੁੱਖ ਤੌਰ 'ਤੇ ਅਸੀਂ ਡੇਰਾ ਬਾਬਾ ਨਾਨਕ ਵਿਖੇ, ਕਿਉਂਕਿ ਕੋਈ ਹੋਟਲ ਜਾਂ ਰੈਸਟ ਹਾਊਸ ਦੀ ਸੁਵਿਧਾ ਫਿਲਹਾਲ ਉਪਲਬਧ ਨਹੀਂ ਹੈਗੀ, ਅਸੀਂ 40 ਏਕੜ ਦੇ ਵਿੱਚ ਟੈਂਟ ਸਿਟੀ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਵਿਖੇ ਬਣਾਈ ਜਾ ਰਹੀ ਹੈ। ਅਤੇ ਟੈਂਟ ਸਿਟੀ ਤੋਂ ਇਲਾਵਾ ਜਿਹੜੀ ਸੰਗਤਾਂ ਬਾਹਰੋਂ ਆਉਣੀਆਂ ਨੇ ਉਹਨਾਂ ਦੀ ਪਾਰਕਿੰਗ ਦਾ ਅਰੇਂਜਮੈਂਟ ਅਸੀਂ ਸ਼ਹਿਰੋਂ ਬਾਹਰ ਪਾਰਕਿੰਗ ਸਾਈਟਸ ਆਈਡੈਂਟੀਫਾਈ ਕਰਕੇ ਉੱਥੇ ਅਸੀਂ ਕਰਵਾ ਰਹੇ ਹਾਂ। ਪਾਰਕਿੰਗ ਸਾਈਟਸ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੈਂਟ ਸਾਈਟਸ ਹੋਣਗੀਆਂ, ਜਿਹਦੇ ਵਿੱਚ ਲੰਗਰ ਦੀ ਸੁਵਿਧਾ, ਪੀਣ ਵਾਲੇ ਪਾਣੀ ਦੀ ਸੁਵਿਧਾ, ਹੈਲਪ ਡੈਸਕ, ਮੈਡੀਕਲ ਟੀਮਸ ਦੀ ਸੁਵਿਧਾ, ਪੁਲਿਸ ਅਸਿਸਟੈਂਸ ਬੂਥ ਹੋਣਗੇ, ਟਾਇਲਟਸ ਹੋਣਗੇ, ਵੈਂਡਰਸ ਦਾ ਬਲੋਕ ਹੋਏਗਾ ਉਹ ਅਸੀਂ ਉੱਥੇ ਬਣਾ ਰਹੇ, ਮਿੰਨੀ ਬੱਸ ਸਟੈਂਡ ਹੋਏਗਾ, ਇੱਕ ਮਿੰਨੀ ਬੱਸਿਸ ਰਾਹੀਂ ਉਹਨਾਂ ਨੂੰ ਜਿਹੜਾ ਵਾ ਉੱਥੋਂ ਦੀ ਲਿਜਾ ਕੇ ਦਰਬਾਰ ਸਾਹਿਬ, ਚੋਲਾ ਸਾਹਿਬ, ਦਰਸ਼ਨ ਸਥਲ, ਕਰਤਾਰਪੁਰ ਸਾਹਿਬ ਕੋਰੀਡੋਰ ਜਾਂ ਪੰਡਾਲ ਸਾਈਡ ਜਿੱਥੇ ਵੀ ਵਿਜ਼ਿਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਬੱਸਿਸ ਦਾ ਰੂਟ ਬਣਾ ਕੇ ਜਿਹੜਾ ਵਾ ਉਹ ਵਿਜ਼ਿਟ ਕਰਾਇਆ ਜਾਊਗਾ। ਇਸ ਤੋਂ ਇਲਾਵਾ ਜਿਹੜਾ ਵਾ ਸ਼ਹਿਰ ਦੇ ਵਿੱਚ ਅਲੱਗ ਅਲੱਗ ਪ੍ਰਬੰਧ ਕਰਨ ਲਈ, ਚਾਹੇ ਉਹ ਸਾਫ਼ ਸਫਾਈ ਦਾ ਪ੍ਰਬੰਧ ਹੈਗਾ ਵਾ ਜਾਂ ਉਹ ਫਾਇਰ ਸੇਫਟੀ ਦਾ ਪ੍ਰਬੰਧ ਹੈਗਾ ਵਾ ਜਾਂ ਸੁਰੱਖਿਆ ਦਾ ਪ੍ਰਬੰਧ ਆ, ਅਤੇ ਅਲੱਗ ਅਲੱਗ ਕਮੇਟੀਜ਼ ਬਣਾ ਕੇ ਇਹਨਾਂ ਦੇ ਨੋਡਲ ਆਫੀਸਰਸ ਡਿਪਿਊਟ ਕਰ ਦਿੱਤੇ ਗਏ ਆ ਅਤੇ ਉਹ ਆਪਣਾ ਜਿਹੜਾ ਵਾ ਉਹ ਕੰਮ ਜਿਹੜਾ ਉਹ ਕਰ ਰਹੇ ਆ। ਸਪੈਸੀਫਿਕਲੀ ਜੇ ਸਾਫ਼ ਸਫਾਈ ਦੀ ਗੱਲ ਕਰੀਏ ਤਾਂ ਉਹਦੇ ਵਿੱਚ 800 ਤੋਂ ਵੱਧ ਸਫਾਈ ਕਰਮਚਾਰੀ ਜਿਹੜੇ ਆ ਉਹ ਡਿਪਿਊਟ ਕੀਤੇ ਜਾ ਰਹੇ ਆ, ਜਿਹੜੇ 3 ਸ਼ਿਫਟਾਂ ਦੇ ਵਿੱਚ ਕੰਮ ਕਰਨਗੇ। ਅਤੇ ਜਿਹੜੀ ਡੰਪਿੰਗ ਸਾਈਟ ਹੈਗੀ ਆ ਉਹ ਵੀ ਸ਼ਹਿਰੋਂ ਬਾਹਰ ਆਈਡੈਂਟੀਫਾਈ ਅਸੀਂ ਜਿਹੜੀਆਂ ਵਾ ਉਹ ਕੀਤੀਆਂ ਹੋਈਆਂ। ਅਤੇ ਜੇ ਸੁਰੱਖਿਆ ਦੀ ਸਪੈਸੀਫਿਕਲੀ ਗੱਲ ਕਰੀਏ ਤਾਂ ਜਿਹੜਾ ਸਾਡਾ ਬਾਰਡਰ ਏਰੀਆ ਹੈਗਾ ਵਾ 500 ਮੀਟਰ ਦੇ ਰੇਂਜ ਦੇ ਵਿੱਚ ਹੈਗਾ ਵਾ ਦਰਸ਼ਨ ਸਥਲ ਤੋਂ, ਉਹਦੀ ਸਿਕਿਉਰਿਟੀ BSF ਵੱਲੋਂ ਦੇਖੀ ਜਾ ਰਹੀ ਹੈ। ਬਾਕੀ ਦੇ ਏਰੀਏ ਦੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਕੁੱਲ 5000 ਤੋਂ ਵੱਧ ਪੁਲਿਸ ਕਰਮੀਆਂ ਦੀ ਇੱਥੇ ਡਿਪਿਊਟ ਕੀਤੇ ਜਾਣੇ ਨੇ, ਉਹਨਾਂ ਵੱਲੋਂ ਜਿਹੜੀ ਆ ਉਹ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਣਾ। ਸਪੈਸ਼ਲ ਐਗਜ਼ੈਕਟਿਵ ਮੈਜਿਸਟਰੇਟ ਦੀਆਂ ਪਾਵਰਸ ਜਿਹੜੀਆਂ ਨੇ ਉਹ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ 5000 ਤੋਂ ਵੱਧ ਗ੍ਰੇਡ ਪੇ ਵਾਲੇ ਗਜ਼ਟਿਡ ਆਫੀਸਰਸ ਨੂੰ, ਅਤੇ ਉਹ ਵੀ ਇਸ ਪਰਪਸ ਲਈ ਜਿਹੜੇ ਆ ਉਹ ਡਿਪਿਊਟ ਕੀਤੇ ਜਾਣੇ ਆ। ਸਰ, ਜਿਹੜੇ ਬਾਹਰੋਂ ਸੁਧਾ ਦਵਾਉਣਗੇ ਉਹਨਾਂ ਦੀ ਗੱਡੀਆਂ ਤੁਸੀਂ ਬਾਹਰ ਰੋਕ ਦਿਓਗੇ, ਜਿਹੜੇ ਲੋਕਲ ਨੇ ਰੈਜੀਡੈਂਟਸ ਉਹਨਾਂ ਦੀਆਂ ਗੱਡੀਆਂ ਦਾ ਕੀ ਇੰਤਜ਼ਾਮ ਰਹੇਗਾ ਜਾਂ ਜਿਹੜੇ ਪ੍ਰੈਸ ਮੀਡੀਆ ਆਏਗੀ ਉਹਨਾਂ ਦੀ ਗੱਡੀਆਂ ਦਾ ਕੀ ਇੰਤਜ਼ਾਮ ਰਹੇਗਾ? ਬਿਲਕੁਲ, ਜਿੱਥੋਂ ਤੱਕ ਲੋਕਲ ਰੈਜੀਡੈਂਟਸ ਦੀ ਗੱਲ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਅਸੀਂ ਸਟਾਰਟ ਕਰ ਦਿੱਤੀ ਆ। ਸੋ ਫਾਰ ਅਸੀਂ ਹੁਣ ਤੱਕ 76 ਗੱਡੀਆਂ ਰਜਿਸਟਰ ਕਰ ਚੁੱਕੇ ਹਾਂ, ਜਿਹੜੀਆਂ ਸ਼ਹਿਰ ਦੇ ਵਸਨੀਕ ਨੇ ਉਹ ਸਾਡੇ ਕੋਲ ਰਜਿਸਟਰ ਕਰਾ ਕੇ ਗੱਡੀਆਂ ਦੇ ਪਾਸ ਲੈ ਸਕਦੇ ਨੇ। ਇਸ ਤੋਂ ਇਲਾਵਾ ਮੀਡੀਆ ਪਰਸਨਸ ਲਈ ਜਿਹੜੇ ਆ ਉਹ ਵੀ ਅਸੀਂ ਜਿਹੜੇ ਆ ਗੱਡੀਆਂ ਦੇ ਪਾਸਿਸ ਅਤੇ ਜਿਹੜੇ ਆ ਆਈ ਡੀ ਕਾਰਡਸ ਜਿਹੜੇ ਆ ਉਹ ਅਸੀਂ ਇਹਨਾਂ ਨੂੰ ਜਾਰੀ ਕਰਾਂਗੇ। ਜਿਹੜੇ ਔਨ ਡਿਊਟੀ ਜਿਹੜੇ ਸਿਵਲ ਦੇ ਆ, ਅਦਰਵਾਈਜ਼ ਜਿਹੜੇ ਡਿਊਟੀਡ ਨੇ ਉਹਨਾਂ ਲਈ ਵੀ ਡਿਊਟੀ ਪਾਸ ਅਤੇ ਗੱਡੀ ਦੇ ਜਿਹੜੇ ਪਾਸ ਨੇ ਉਹ ਬਣਾਏ ਜਾਣਗੇ। ਟੈਂਟ ਸਿਟੀ ਦੀ ਤੁਸੀਂ ਗੱਲ ਕੀਤੀ ਹੈ, ਇੱਕ ਬੱਸਾਂ ਦੀ ਗੱਲ ਕੀਤੀ ਹੈ, ਇਹ ਫ੍ਰੀ ਆਫ ਕਾਸਟ ਆਉਂਦੀਆਂ ਕਿ ਜਾਂ? ਬਿਲਕੁਲ, ਬੱਸਿਸ ਵੀ ਗਵਰਨਮੈਂਟ ਆਫ ਪੰਜਾਬ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਫੇਰੀ ਕਰਨ ਲਈ ਪਾਰਕਿੰਗ ਸਪੋਟਸ ਤੋਂ ਅਲੱਗ ਅਲੱਗ ਡੈਸਟੀਨੇਸ਼ਨ ਜਿਹੜੀਆਂ ਡੇਰਾ ਬਾਬਾ ਨਾਨਕ ਵਿਖੇ ਹੈਗੀਆਂ। ਇਸ ਤੋਂ ਇਲਾਵਾ ਟੈਂਟ ਸਿਟੀ ਵੀ ਜਿਹੜੀ ਆ ਉਹ ਫ੍ਰੀ ਆਫ ਕਾਸਟ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸਿਹਤ ਸਹੂਲਤਾਂ ਲੈ ਕੇ ਓਵਰਆਲ ਸਾਡੇ ਸਿਵਲ ਸਰਜਨ ਗੁਰਦਾਸਪੁਰ ਨੋਡਲ ਆਫੀਸਰ ਡਿਪਿਊਟ ਕੀਤੇ ਹੋਏ ਨੇ ਹਰ ਪਾਰਕਿੰਗ ਸਾਈਟ ਉੱਤੇ, ਪੰਡਾਲ ਵਿਖੇ, ਟੈਂਟ ਸਿਟੀ ਵਿਖੇ, ਦਰਸ਼ਨ ਸਥਲ ਵਿਖੇ, ICP ਵਿਖੇ, ਅਲੱਗ ਅਲੱਗ ਥਾਵਾਂ ਉੱਪਰ ਜਿਹੜੇ ਆ ਮੈਡੀਕਲ ਟੀਮਸ ਜਿਹੜੀਆਂ ਨੇ ਉਹ ਤੈਨਾਤ ਰਹਿਣਗੀਆਂ। ਜਿਹੜੀਆਂ ਸਾਡੀਆਂ ਮੋਬਾਈਲ ਵੈਨਸ ਨੇ, ਜਿਹੜੀਆਂ ਸਾਡੀਆਂ ਐਮਰਜੈਂਸੀ ਸਰਵਿਸਿਜ਼, ਇਸ ਤੋਂ ਇਲਾਵਾ ਉਹ ਵੀ ਨਾਲ ਜਿਹੜੀਆਂ ਡਿਪਿਊਟਡ ਰਹਿਣਗੀਆਂ।